चलो भैन जी आ जाओ अंदर मेरा नाम अंजल है गाजे मैं उदी वो छोटी सिस्टर है गई हां ते ओने एक्चुअली राती ओ तीन जने सीगे पहले मेरे ब्रदर नु फोन आया कि ओ पहले घर ही आ रिया सीगा काफी डा केरे वल्लो फोन कीता गया सी जेडे तीन लड़के ही ना ओ फ्रेंड सर्कल ही सीगा जदों ओ इकट्ठे गए आ ओना नु किसी ने कॉल कीती है कि तुसी इत्थे आण के साडे नाल कोई राजीनामा कर लो कोई रिलेटेड कोई होणी है कोई इना दी पुरानी लड़ाई वगैरह ते ओदे रिलेटेड ही उन्होंने फोन कीता कि ताडी कोई लड़ाई होई है ते आपां राजीनामा करा दिंदे आ ਜਦੋਂ ਉਹ ਉੱਥੇ ਪਹੁੰਚੇ ਆ ਰਾਜੀਨਾਮਾ ਵਗੈਰਾ ਕਰਾਉਣ ਵਾਸਤੇ ਉਦੋਂ ਡਾਇਰੈਕਟ ਉਹਨਾਂ ਦੇ ਉੱਪਰ ਮਤਲਬ ਅਟੈਕ ਕੀਤਾ ਵਾ ਉਹਨਾਂ ਨੇ ਡਾਇਰੈਕਟ ਉਹਨਾਂ ਨੂੰ ਮਾਰ ਦਿੱਤਾ ਕੋਈ ਇਹ ਨਹੀਂ ਕਿ ਚਲੋ ਉਹਨਾਂ ਨੂੰ ਕੋਈ ਇੰਜਰੀ ਦਿੱਤੀ ਹੋਵੇ ਜਦੋਂ ਉਹਨਾਂ ਨੂੰ ਦੇਖਿਆ ਉਹ ਕਹਿੰਦੇ ਕਿ ਇੱਕ ਐਕਸੀਡੈਂਟ ਆ ਪਰ ਉਹ ਦੇਖਣ 'ਚ ਕੋਈ ਵੀ ਬੰਦਾ ਜੱਜ ਕਰ ਲੂਗਾ ਕਿ ਇਟ ਇਜ਼ ਨਾਟ ਐਕਸੀਡੈਂਟ ਇਟਸ ਅ ਮਤਲਬ ਇੱਕ ਬਲੰਟ ਉਹਦੇ ਕਟਿੰਗ ਹੈਗੀ ਆ ਉਹਦੇ ਹੈਡ ਦੇ ਉੱਪਰ ਉਹਦੇ ਹੇਅਰ ਨਿਕਲੇ ਹੋਏ ਆ ਉਹਦੇ ਸ਼ਾਰਪ ਇੰਜਰੀਜ਼ ਹੈਗੀਆਂ ਆ ਉਹਦੇ ਇੱਥੇ ਆਰਮ ਦੇ ਉੱਪਰ ਵੀ ਕਾਫੀ ਜ਼ਿਆਦਾ ਸ਼ਾਰਪ ਹੈ ਉਹਦੇ ਪੂਰੀ ਗੋਲੀ ਦਾ ਨਿਸ਼ਾਨ ਬਣਿਆ ਹੋਇਆ ਵਾ ਉਹਦਾ ਪੂਰਾ ਫੇਸ ਤਿੰਨਾਂ ਦੇ ਪੂਰੇ ਫੇਸ ਤੇ ਹੀ ਹੈਗੀ ਆ ਜਿਹੜਾ ਇੱਕ ਲੜਕਾ ਉਹਦੇ ਉਹ ਮੇਰਾ ਜਿਹੜਾ ਬ੍ਰਦਰ ਉਹਦਾ ਨਾਮ ਸਾਹਿਲ ਆ ਇੱਕ ਲੜਕਾ ਸੋਨੂ ਆ ਤੇ ਤੀਸਰਾ ਲੜਕਾ ਜਿਹੜਾ ਉਹ ਜਗਿੰਦਰ ਆ ਉਹ ਤਿੰਨੋਂ ਜਾਣੇ ਤੇ 30 ਤੋਂ 35 ਦੇ ਵਿੱਚ ਵਿੱਚ ਹੀ ਨੇ ਪੁਲਿਸ ਕੀ ਕਹਿੰਦੀ ਪੁਲਿਸ ਕੀ ਕਹਿੰਦੀ ਪੁਲਿਸ ਨੇ ਹਲੇ ਤੱਕ ਤੇ ਕੋਈ ਇਹਨਾਂ ਸਵੇਰ ਤੋਂ ਬੈਠੇ ਹੋਏ ਆ ਹੁਣ ਤੱਕ ਹਲੇ ਤੱਕ ਉਹਨਾਂ ਨੇ ਕੁਛ ਐਡਾ ਤੇ ਡਾਕੂਮੈਂਟੇਸ਼ਨ ਕੀਤੀ ਨਹੀਂ ਆ ਹੁਣ ਵੀ ਕਹੀ ਜਾਂਦੇ ਕਿ 1 ਘੰਟਾ ਲੱਗੇਗਾ 2 ਘੰਟੇ ਲੱਗਣਗੇ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਹਲੇ ਤੱਕ ਅਜੇ ਤੱਕ ਕੁਛ ਨਹੀਂ ਹੋਇਆ ਐਕਸੀਡੈਂਟ ਆ ਕੀ ਹੋਇਆ ਕਿ ਉਹ ਐਕਸੀਡੈਂਟ ਕਹਿ ਰਿਹਾ ਪਰ ਅਹੀਂ ਸ਼ੋਰ ਆ ਕਿ ਉਹ ਐਕਸੀਡੈਂਟ ਨਹੀਂ ਗਾ ਇੱਕ ਪ੍ਰੀ ਪਲਾਨਡ ਮਰਡਰ ਹੈਗਾ ਜਿੰਦਰ ਉਹਨਾਂ ਦੇ ਨਾਮ ਹੈਗਾ ਸੋਨੂ ਭਾਜੀ ਨਾਲ ਮਾਰੇੜੀ ਮਾਰਕੀਟ 'ਚ ਲੜਾਈ ਹੋਈ ਸੀ ਇੱਕ ਮਹੀਨਾ ਪਹਿਲੇ ਉਹਨਾਂ ਤੇ ਪਰਚਾ ਦਰਜ ਕਰਾਇਆ ਸੀ ਮੁੰਡਿਆਂ ਤੇ ਪਰਸੋਂ ਉਹਨਾਂ ਨੂੰ ਫੜਾਇਆ ਤੇ ਕੱਲ ਉਹਨਾਂ ਨੇ ਮੁੰਡੇ ਪਵਾ ਕੇ ਉਹਨਾਂ ਦਾ ਅੱਜ ਪੇਸ਼ ਹੋਇਆ ਉਹਨਾਂ ਦਾ ਕਾਰਨ ਕੀ ਸੀ ਲੜਾਈ ਦਾ ਜਦੋਂ ਕਾਰਨ ਭਾਜੀ ਬਸ ਉਹਨਾਂ ਦੇ ਸੀ ਤੇ ਉਹਨਾਂ ਦੇ ਰੇੜੀ ਤੋਂ ਹੱਥ ਧੋਤੇ ਵਾਟਰ ਕੂਲਰ ਤੇ ਕਸਟਮਰਾਂ ਦੇ ਛਿੱਟਾ ਪਾਤੀਆਂ ਨੇ ਕਿਹਾ ਭਾਜੀ ਇਹ ਤਾਂ ਨਾ ਕਰੋ ਇਸੇ ਗੱਲ ਤੋਂ ਹੋਰ ਕੋਈ ਗੱਲ ਪੁਲਿਸ ਵਾਲਾ ਕੀ ਕਰ ਰਹੀ ਹੁਣ ਤੱਕ ਭਾਜੀ ਪੁਲਿਸ ਵਾਲੇ ਸਵੇਰ ਤੋਂ ਬੈਠੇ ਆ ਰਾਤ ਤੋਂ ਡੈਡ ਹੋਏ ਪਏ ਆ ਕੋਈ ਸੁਣਵਾਈ ਨਹੀਂ ਅਜੇ ਤੱਕ ਹੋਣੀ ਤੁਹਾਨੂੰ ਕੀ ਫੋਨ ਆਇਆ ਜੀ ਜਦੋਂ ਪੁਲਿਸ ਵਾਲਾ ਸਾਨੂੰ 11 ਵਜੇ ਫੋਨ ਆਇਆ ਕਿ ਤਿੰਨੋਂ ਹੀ ਮਰਿੱਤੇ ਹੋ ਮਲੇ ਤਿੰਨੋਂ ਨਹੀਂ ਹੈਗੇ ਐਕਸੀਡੈਂਟ ਦਾ ਮਲੇ ਕੀ ਦਿੱਤਾ ਨਾ ਲਾ ਕਰ ਰਤਨ ਸਿੰਘ ਚੋ ਸਨੀ ਤੇ ਹਰਮਨ ਤੇ ਹੋਰ ਇੱਕ अमन लल्ला ओनू लल्ला भी कहते अमन भी कहते एक सनम ये उन्हें दे लागे ही काम कर दे अपने जवाई नो करीब पौने 11 बजे एक नामलूम व्यक्ति का फोन आया के खनम पेपर मिल तो थोड़ा अगे आके ਜਿੱਥੇ ਜਾਡ ਟਰੱਕ ਖਲੋਤੇ ਹੁੰਦੇ ਆ ਉਹਦੇ ਸਾਹਮਣੇ ਇੱਕ ਕੁਝ ਬੰਦੇ ਜਿਹੜੇ ਆ ਉਹ ਜ਼ਖਮੀ ਹਾਲਤ ਦੇ ਵਿੱਚ ਪਏ ਨੇ ਔਰ ਉਹਨਾਂ ਦੀ ਮੌਕੇ ਤੇ ਮੌਤ ਵੀ ਹੋ ਚੁੱਕੀ ਆ ਜਿਸ ਤੇ ਮਨੇ ਅਸੀਂ ਸਵੇਰ ਸਾਥੀ ਕਰਮਚਾਰੀਆਂ ਮੌਕੇ ਪਰ ਪੁੱਜਾ ਜਾ ਕੇ ਦੇਖਿਆ ਤੇ ਸੜਕ ਦੇ ਕਿਨਾਰੇ ਇੱਕ ਪਾਚੀ ਮੋਟਰਸਾਈਕਲ ਲਾਲ ਔਰ ਕਾਲੇ ਰੰਗ ਦਾ ਪਿਆ ਸੀ ਪਲਸਨ ਮੋਟਰਸਾਈਕਲ ਸੜਕ ਦੇ ਕਿਨਾਰੇ ਲਾਲ ਤੇ ਕਾਲੇ ਰੰਗ ਦਾ ਪਿਆ ਸੀ ਤੇ ਲਾਗੇ ਦੋ ਲਾਸ਼ਾਂ ਪਈਆਂ ਸਨ ਤੇ ਤੀਸਰੇ ਬੰਦੇ ਨੂੰ ਕੁਝ ਰਾਹਗੀਰਾਂ ਦੇ ਸਵਾਰੀ ਦਾ ਪ੍ਰਬੰਧ ਕਰਕੇ ਗੁਰੂ ਨਾਨਕ ਹਸਪਤਾਲ ਭੇਜ ਦਿੱਤਾ ਜੋ ਬਾਅਦ ਚ ਪਤਾ ਲੱਗਾ ਕਿ
ਸਟ੍ਰੈਚਰ ਤੇ ਪਾ ਕੇ ਜਦੋਂ ਗੁਰੂ ਨਾਨਕ ਹਸਪਤਾਲ ਦੇ ਅੰਦਰ ਲਿਜਾ ਰਹੇ ਸੀ ਉਸ ਨੂੰ ਡਾਕਟਰ ਸਾਹਿਬ ਨੇ ਬਾਹਰ ਆ ਕੇ ਦੇਖਿਆ ਤੇ ਉਹਦੀ ਵੀ ਮੌਤ ਹੋ ਚੁੱਕੀ ਸੀ ਜਿਸ ਤੇ ਤਿੰਨਾਂ ਲਾਸ਼ਾਂ ਨੂੰ ਦੋ ਲਾਸ਼ਾਂ ਜਿਹੜੀਆਂ ਸੀ ਉਹਨਾਂ ਨੂੰ ਸਿਵਲ ਹਸਪਤਾਲ ਮੋਚਰੀ ਦਿਖਾਇਆ ਗਿਆ ਤੀਜੇ ਨੂੰ ਸਿਵਲ ਹਸਪਤਾਲ ਗੁਰੂ ਨਾਨਕ ਹਸਪਤਾਲ ਦੇ ਵਿੱਚ ਰਖਾਇਆ ਗਿਆ ਉਸ ਤੋਂ ਬਾਅਦ ਸਵੇਰ ਤੋਂ ਹੀ ਅਸੀਂ ਜਿਹੜੇ ਆ ਟੀਮਾਂ ਲਾ ਕੇ ਕੈਮਰਿਆਂ ਦੀ ਚੈਕਿੰਗ ਕਰ ਰਹੇ ਹਾਂ ਵੇਰਕੇ ਤੋਂ ਲੈ ਕੇ ਜੰਗਾਲੇ ਤੱਕ ਟੀਮਾਂ ਲੱਗੀਆਂ ਜਿਹੜੇ ਖੰਡਾ ਪੇਪਰ ਮਿਲਦੇ ਕੈਮਰੇ ਚੈੱਕ ਕੀਤੇ ਗਏ ਸਾਹਮਣੇ ਮੌਲ ਦੇ ਵੀ ਕਮਰੇ ਚੈੱਕ ਕੀਤੇ ਗਏ ਜਿੱਥੇ ਲਾਸ਼ਾਂ ਪਈਆਂ ਸਨ ਉਹਦੇ ਵਿੱਚ ਹਲਦੀ ਘੜੀ ਕੁਛ ਵੀ ਸਾਹਮਣੇ ਨਹੀਂ ਆਇਆ ਫਿਰ ਵੀ ਹੁਣ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ ਜਿਹਦਾ ਐਫ ਆਈ ਆਰ ਦਾ ਨੰਬਰ ਕੁਛ ਹੀ ਮਿੰਟਾਂ ਵਿੱਚ ਆਪ ਜੀ ਨੂੰ ਪ੍ਰੋਵਾਈਡ ਹੋ ਜਾਏਗਾ ਤੇ ਲਾਸ਼ਾਂ ਦਾ ਪੋਸਟਮਾਰਟਮ ਕਰਾ ਕੇ ਵਾਰਸਾਂ ਵਾਲੇ ਕੀਤੀਆਂ ਜਾਣਗੀਆਂ ਅਗਰ ਦੌਰਾਨੇ ਤਫਤੀਸ਼ ਕੋਈ ਇਹੋ ਜਿਹਾ ਕਾਰਨ ਪਾਇਆ ਜਾਂਦਾ ਕਿ ਐਕਸੀਡੈਂਟ ਦਾ ਜਾਂ ਕੋਈ ਰੰਜਿਸ਼ ਦਾ ਜਾਂ ਕਤਲ ਦਾ ਤੇ ਵਾਧਾ ਜੁਰਮ ਕਰਕੇ ਉਹ ਬੰਦਿਆਂ ਦੀ ਗ੍ਰਿਫਤਾਰੀ ਪਾਈ ਜਾਏਗੀ ਔਰ ਇਹਨਾਂ ਨੂੰ ਇਨਸਾਫ਼ ਦਵਾਇਆ ਜਾਏਗਾ।